ਅਸੀਂ ਮੌਜੂਦ ਹਾਂ ਜੀ ਬਾਬਾ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ 'ਚ, ਨਨਕਾਣਾ ਸਾਹਿਬ 'ਚ। ਇਹ ਸਾਲ 550 ਸਾਲ ਹੋ ਜਾਣਾ ਵਾ ਬਾਬਾ ਜੀ ਦੇ ਜਨਮ ਦਿਨ ਨੂੰ। ਆਹ ਮੇਨ ਇੰਟਰਸ ਆ। ਅੱਜ ਜਿਹੜੇ ਯਾਤਰੀ ਇੱਥੇ ਆਉਂਦੇ ਆ ਜੀ, ਇਹ ਉਹਨਾਂ ਵਾਸਤੇ ਐਂਬੂਲੈਂਸ ਖੜ੍ਹੀ ਆ ਅਗਰ ਕੋਈ ਬਿਮਾਰ ਹੋ ਜਾਂਦਾ ਜਾਂ ਕਿਸੇ ਨੂੰ ਕੋਈ ਮਸਲਾ ਬਣ ਜਾਂਦਾ। ਅਸੀਂ ਆ ਮੇਨ ਇੰਟਰਸ ਤੋਂ ਇੱਥੋਂ ਐਂਟਰ ਹੋਵਾਂਗੇ। ਇਹਦੇ ਅੰਦਰ ਤਲਾਬ ਆ ਜੀ ਪਾਣੀ ਦਾ। ਇੱਥੇ ਅਸੀਂ ਜੁੱਤੀ ਉਤਾਰ ਕੇ ਪਾਣੀ ਨਾਲ ਪੈਰ ਧੋ ਕੇ ਅੰਦਰ ਐਂਟਰ ਹੋਵਾਂਗੇ। ਆ ਇੱਕ ਵੀ ਜੀ ਛੋਟੀ ਜਿਹੀ ਦੁਕਾਨ ਲੱਗੀ ਆ, ਲੋਕ ਇੱਥੋਂ ਚੀਜ਼ਾਂ ਖਰੀਦਦੇ, ਕੋਈ ਛੱਲੇ ਚੇਨਾ ਵਗੈਰਾ। ਆ ਤਲਾਬ ਆ ਜੀ। ਇਹ ਜਿਹੜੇ ਸਿੱਖ ਯਾਤਰੀ ਆਉਂਦੇ ਆ ਅਤੇ ਦੂਸਰੇ ਮੁਲਕਾਂ ਤੋਂ ਜਾਂ ਜਿਹੜਾ ਵੀ ਕੋਈ ਸਿੱਖ ਯਾਤਰੀ ਹੁੰਦਾ, ਉਹ ਇਹਦੇ ਵਿੱਚ ਨਹਾਉਂਦਾ ਵਾ ਆ ਕੇ। ਇਹਨੂੰ ਜੀ ਕਹਿੰਦੇ ਜੀ ਇਸ਼ਨਾਨ ਲੈਂਦਾ ਜੀ ਇੱਥੇ ਆ ਕੇ, ਉਹ ਨਹਾ ਕੇ ਪਾਕ ਹੋ ਕੇ ਫੇਰ ਅੰਦਰ ਜਾਂਦੇ। ਗਰਮੀ ਬਹੁਤ ਜ਼ਿਆਦਾ ਸੀ, ਧੁੱਪ ਬਹੁਤ ਤੇਜ਼ ਆ, ਦੁਪਹਿਰ ਦੇ 2 ਵਜੇ ਹੋਏ ਆ ਪੂਰੀ ਹੋਇਆ, ਤਾਂ ਅਸੀਂ ਛਾਵੇਂ ਛਾਵੇਂ ਫਿਰਨ ਡੇ ਹਾਂ, ਪੈਰ ਸੜਦੇ ਆ ਜੀ ਜੁੱਤੀ ਪਿੱਛੇ ਲਾਈਏ। ਦੇਖ ਸਕਦੇ ਹਾਂ ਜੀ ਕਿੰਨਾ ਪਿਆਰਾ ਸੀਨ। ਪਾਣੀ ਵੀ ਤਪਿਆ ਪਿਆ ਜੀ ਵਿੱਚ, ਪੈਰ ਸੜਦਾ ਪਾਣੀ ਵਿੱਚ ਪੈਰ ਰੱਖ ਕੇ, ਇੰਨੀ ਗਰਮੀ ਹੈ। 47°C ਨਸ ਕੇ ਜੀ ਅਸੀਂ ਫਿਰ ਛਾਵੇਂ ਆ ਗਏ ਹਾਂ ਜੀ, ਪੈਰ ਸੜ ਗਏ ਸਾਡੇ, ਉਹ ਟੈਂਕੀ ਹੈ ਜੀ ਪਾਣੀ ਵਾਲੀ। ਇਹ ਤਕਰੀਬਨ ਜਿਹੜਾ ਗੁਰਦੁਆਰੇ ਦਾ ਰਕਬਾ ਅੰਦਰ ਆ ਬਿਲਡਿੰਗਾਂ ਵਾਲਾ, ਜਿਹੜਾ ਕਿ ਕਮਰੇ ਵਗੈਰਾ ਬਣੇ ਆ, ਇਹ ਤਕਰੀਬਨ 1 ਮੁਰੱਬੇ ਦੇ ਵਿੱਚ। ਆ ਬੱਚੇ ਵੀ ਇੱਥੇ ਚੀਜ਼ਾਂ ਵਿੱਚ ਹੁੰਦੇ ਆ। ਇੱਥੇ ਜੀ ਅਸੀਂ ਇਹ ਪੈਰ ਦੁਬਾਰਾ ਧੋ ਕੇ ਜੁੱਤੀ ਪਾਵਾਂਗੇ। ਬਹੁਤ ਠੰਡਾ ਪਾਣੀ ਆ ਜਿਹੜਾ ਵਿੱਚ ਛੱਡਿਆ, ਨਹੀਂ ਤਾਂ ਵੈਸੇ ਤਾਂ ਗਰਮੀ ਦੇ ਨਾਲ ਪੈਰ ਬਹੁਤ ਸੜਦੇ ਪਏ। ਆਹ ਹਸਪਤਾਲ ਆ ਜੀ, ਛੋਟਾ ਜਿਹਾ ਐਂਬੂਲੈਂਸ ਖੜ੍ਹੀ ਬਾਹਰ। ਉਹ ਮੇਨ ਇੰਟਰਸ ਆ ਜਿਹੜੀ ਚਿੱਟੀ ਚਿੱਟੀ ਦਾ ਨਜ਼ਰ ਆ ਰਿਹਾ ਰੰਗ ਹੋਇਆ, ਉੱਥੋਂ ਵੀ ਅੰਦਰ ਵੀਡੀਓ ਬਣਾਉਣ ਦੀ ਜਾਇਜ਼ ਤਾਂ ਨਹੀਂ ਹੈਗੀ, ਲੇਕਿਨ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਜਿੰਨੀ ਜਿੱਦਾਂ ਦੀ ਬਣੀ। ਸਿਰ 'ਤੇ ਹੁਣ ਰੁਮਾਲ ਬੰਨ ਲਿਆ ਜੀ, ਰੁਮਾਲ ਤੋਂ ਬਗੈਰ ਜਾਂ ਟੋਪੀ ਤੋਂ ਬਗੈਰ ਅੰਦਰ ਨਹੀਂ ਜਾਣ ਦਿੰਦੇ। ਇਸ ਤਰ੍ਹਾਂ ਕਰਨਾ ਚਾਹੀਦਾ ਜਿੱਦਾਂ ਕਹਿੰਦੇ ਉਹ। ਆਹ ਦਰਮਿਆਨ ਦੇ ਵਿੱਚ ਪਾਰਟੀਸ਼ਨ ਵੀ ਕੀਤੀ ਹੈ, ਇੱਕ ਪਾਸੇ ਜਾਣ ਰੱਖਿਆ, ਇੱਕ ਪਾਸੇ ਆਉਣ ਰੱਖਿਆ। ਬਹੁਤ
ਬਹੁਤ ਪਿਆਰਾ ਮਾਹੌਲ ਬਣਾਇਆ ਹੋਇਆ ਜੀ। ਦੇਖੋ ਜੀ ਆ ਲਿਖਿਆ ਹੋਇਆ ਜੀ ਕੋਈ ਪੁਰਾਣੀਆਂ ਗੱਲਾਂ ਸਿੱਖ ਮਜ਼ਹਬ ਦੇ ਬਾਰੇ 'ਚ ਲਿਖਿਆ ਸਾਰਾ ਕੁਛ। ਬਰਾਂਡੇ ਆ ਜੀ ਸਾਈਡਾਂ 'ਤੇ, ਇਹਨਾਂ ਦੇ ਵਿੱਚ ਸਕੂਲ ਵੀ ਆ ਜੀ ਅਤੇ ਇਹਨਾਂ ਦੇ ਵਿੱਚ ਇੰਤਜ਼ਾਮੀਆਂ ਦੇ ਦਫ਼ਤਰ ਵਗੈਰਾ ਵੀ ਬਣੇ ਹੋਏ ਆ। ਉਹ ਸਾਹਮਣੇ ਇੱਕ ਦਰਖਤ ਲੱਗਾ ਹੋਇਆ ਵਾ, ਇਹਦੇ ਬਾਰੇ ਵੀ ਦੱਸਦੇ ਹਾਂ ਤੁਹਾਨੂੰ ਅੱਗੇ ਜਾ ਕੇ। ਆਹ ਸਟੋਰ ਆ ਸਾਈਡਾਂ 'ਤੇ ਦਰਵਾਜ਼ੇ ਲੱਗੇ ਹੋਏ, ਇਹਨਾਂ ਨੂੰ ਸਮਾਨ ਵਗੈਰਾ ਪਿਆ ਵਾ। ਜਦੋਂ ਹੁਣ ਵਿਸਾਖੀ ਦਾ ਮੇਲਾ ਹੁੰਦਾ ਵਾ, ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਆ, ਉਦੋਂ ਇਸਤੇਮਾਲ 'ਚ ਆਉਂਦਾ ਜਿਹੜਾ ਸਮਾਨ। ਕਲੀਨ ਧੋ ਕੇ ਖੋਲੇ ਆ ਜੀ ਆ ਸਾਈਡ 'ਤੇ, ਉਹ ਸਾਹਮਣੇ ਮੁਲਾਜ਼ਮ ਬੈਠੇ ਆ। ਚਲੋ ਸਾਰੇ ਇੱਥੋਂ ਜੀ ਹੁਣ ਅਸੀਂ ਨੱਸ ਕੇ ਉਹ ਵੀਡੀਓ ਬਣਾਉਣ ਜਾਵਾਂਗੇ ਅੰਦਰ, ਕਿਉਂਕਿ ਜ਼ਮੀਨ ਬਹੁਤ ਗਰਮ ਆ ਧੁੱਪ ਦੀ ਵਜ੍ਹਾ ਨਾਲ। ਪੁਲਿਸ ਵਾਲੇ ਕੋਲ ਜਾਇਜ਼ ਲੈ ਗਏ ਦਾ ਜੀ ਬਣਾ ਲਓ ਭਾਈ। ਸਮਾਰਟੀ ਕਾਰਡ ਚੈੱਕ ਕਰ ਰਿਹਾ ਜਾਂਦੇ ਹੁਣ ਆਪਾਂ ਦੇ ਸ਼ਨਾਖਤੀ ਕਾਰਡ ਤੋਂ ਬਗੈਰ ਜੀ ਤੁਸੀਂ ਇੱਥੇ ਐਂਟਰ ਨਹੀਂ ਹੋ ਸਕਦੇ, ਜੋ ਮਰਜ਼ੀ ਕਰ ਲਓ। ਆਹ ਹੁਣ ਨੱਸ ਕੇ ਜੀ ਇੱਥੇ ਸਾਹਮਣੇ ਆਏ ਜੀ, ਪੈਰ ਸੜ ਗਏ ਸਾਡੇ। ਇਹਦੇ ਅੰਦਰ ਜੀ ਆ ਪਾਲਕੀ ਆ, ਇਹ ਇੰਡੀਆ ਤੋਂ ਆਈ ਸੀ ਜੀ ਗਿਫਟ। ਇਹਦੇ ਉੱਤੇ ਸੋਨੇ ਦੀ ਝਾਲ ਫਿਰੀ ਹੋਈ ਆ, ਸਾਰੀ ਸੋਨੇ ਦੀ ਆ, ਬਹੁਤ ਪਿਆਰੀ ਆ ਜੀ, ਬਹੁਤ ਪਿਆਰੀ। ਇੰਨਾ ਬੜਾ ਸੋਨਾ ਇਕੱਠਾ ਤੁਹਾਨੂੰ ਵੀ ਪਹਿਲੀ ਵਾਰੀ ਦਿਖਾ ਰਹੇ ਅਤੇ ਖੁਦ ਵੀ ਪਹਿਲੀ ਵਾਰੀ ਦੇਖ ਰਹੇ ਹਾਂ। ਵਜ਼ੀਰ ਆਲਾ ਪੰਜਾਬ ਦੀ ਹਕੂਮਤ ਦੇ ਵਿੱਚ ਹੀ ਆਇਆ ਸੀ। ਸਿਰ 'ਤੇ ਰੁਮਾਲ ਵੀ ਅਸੀਂ ਵੀ ਬੰਨੇ ਹਾਂ, ਤੁਹਾਨੂੰ ਦਿਖਾਉਂਦੇ ਹਾਂ। ਇਸ ਤੋਂ ਬਗੈਰ ਅੰਦਰ ਨਹੀਂ ਆਉਣ ਦਿੰਦੇ, ਇਸ ਤਰ੍ਹਾਂ ਉਹਨਾਂ ਨੂੰ ਸਿਰ ਤੁਹਾਨੂੰ ਢਕਣਾ ਪੈਂਦਾ ਵਾ। ਵਧੀਆ ਲੱਗ ਰਿਹਾ ਦਰਖਤ ਆ ਜੀ, ਇਹ ਕਹਿੰਦੇ ਜੀ 100 ਸਾਲ ਤੋਂ ਪਹਿਲੇ ਦਾ ਜੀ, ਇੱਥੇ ਹਾਲੇ ਤੱਕ ਵੀ ਹਰਾ ਵਾ। ਇੱਥੇ ਇੱਕ ਜੀ ਲੜਾਈ ਹੋਈ ਸੀਗੀ ਅਤੇ ਇਹਦੇ ਨਾਲ ਕਿਸੇ ਨੂੰ ਜੀ ਲਟਕਾ ਕੇ ਉਹਨੂੰ ਜਲਾ ਦਿੱਤਾ ਹੋਇਆ ਸੀ ਜ਼ਿੰਦਾ। ਉਹ ਸਾਨੂੰ ਨਾਮ ਤਾਂ ਨਹੀਂ ਆਉਂਦਾ, ਇਹ ਇਹਨਾਂ ਦੀ ਆਪਣੀ ਜ਼ਬਾਨ 'ਚ ਸਿੱਖਾਂ ਦੀ ਜ਼ਬਾਨ ਦੇ ਵਿੱਚ ਲਿਖਿਆ ਹੋਇਆ ਵਾ। ਸਾਨੂੰ ਉਹਦੀ ਸਮਝ ਨਹੀਂ ਹੈ ਕੀ ਲਿਖਿਆ ਕੀ ਕਹਿ ਰਹੇ, ਲੇਕਿਨ ਸਾਨੂੰ ਇੱਥੇ ਬੰਦੇ ਕੋਲ ਅਸੀਂ ਪੁੱਛਿਆ ਸੀ ਜੀ, ਉਹਨੇ ਸਾਨੂੰ ਦੱਸਿਆ ਕਿ 100 ਸਾਲ ਪੁਰਾਣਾ ਦਰਖਤ ਹੈ। ਪੈਰ ਸੜ ਗਏ ਜੀ, ਨਾਸ ਕੇ ਪਹੁੰਚੇ ਫੇਰ ਸ਼ਾਮ।
ਆਜ਼ਬਾਨ ਵੀ ਲਿਖਿਆ ਜੀ ਸਿੱਖਾਂ ਦੀ। ਆਹ ਲੜਾਈ ਦਾ ਮੰਜ਼ਰ ਪੇਸ਼ ਕਰ ਰਹੇ ਵਿੱਚ ਜਿਹੜੀ ਇਸ ਜਗ੍ਹਾ 'ਤੇ ਹੋਈ ਸੀ। ਬੇਸਿਕਲੀ ਬਾਬਾ ਗੁਰੂ ਨਾਨਕ ਸਾਹਿਬ ਦਾ ਇਹ ਘਰ ਸੀਗਾ ਪਹਿਲੇ, ਇਹਨੂੰ ਬਾਅਦ ਵਿੱਚ ਹੋਇਆ ਜੀ ਆ ਬਦਲ ਦਿੱਤਾ ਗਿਆ। ਲੋਕ ਇੱਥੇ ਆਉਂਦੇ ਆ ਸਲਾਮ ਕਰਨ। ਹਾਂ ਹੁਣ ਅਸੀਂ ਜੀ ਅੰਦਰ ਵਾਪਸ ਜਾ ਰਹੇ ਹਾਂ। ਇੱਕ ਮੁਰੱਬਾ ਦਾ ਰਕਬਾ ਬਹੁਤ ਵੱਡੀ ਜਗ੍ਹਾ ਸੀ, ਥਾਗੋਂ ਸਿੱਖੇ ਫਿਰ ਕੇ। ਆਹ ਕੂੰਆਂ ਵਾ ਬਾਬਾ ਜੀ ਦੇ ਘਰ ਦੇ ਵਿੱਚ ਹੁੰਦਾ ਸੀ ਅਤੇ ਹਾਲੇ ਤੱਕ ਵੀ ਇਹ ਚਾਲੂ ਆ, ਲੋਕ ਹਾਲੇ ਵੀ ਇਹਦਾ ਪਾਣੀ ਇਸਤੇਮਾਲ ਕਰਦੇ ਆ। ਦੇਖੋ ਜੀ ਖੂਹ ਆ ਜੀ, ਮੋਟਰਾਂ ਲੱਗੀਆਂ ਇਹਦੇ ਨਾਲ ਪਾਣੀ ਬਾਹਰ ਆਉਂਦਾ, ਇਹ ਲੋਕ ਫਿਰ ਲੈ ਕੇ ਜਾਂਦੇ ਇੱਥੇ। ਇੱਥੋਂ ਰੁਮਾਲ ਲਿਆ ਸੀ ਜੀ ਅਸੀਂ, ਆ ਡੱਬੇ ਦੇ ਵਿੱਚ ਫਿਰ ਦੁਬਾਰਾ ਰੱਖ ਦਾਂਗੇ ਵੀ ਤੁਸੀਂ ਆਉਣਾ ਆ ਡੱਬੇ 'ਚ ਰੁਮਾਲ ਬੰਨ ਕੇ ਪੀ ਅੰਦਰ ਆਉਣਾ। ਆ ਜੀ ਇਹਦੇ ਬਾਹਰ ਵੀ ਪਾਣੀ ਦੀ ਆ ਛੋਟੀ ਜਿਹੀ ਨਾਲੀ ਵੀ ਚੱਲਦੀ ਪਈ ਹੈ, ਇਹਦੇ ਵਿੱਚ ਬਹੁਤ ਠੰਡਾ ਪਾਣੀ, ਇੱਥੇ ਤੁਸੀਂ ਪੈਰ ਧੋ ਕੇ ਫੇਰ ਅੰਦਰ ਜਾਣਾ ਹੁੰਦਾ, ਪੈਰ ਠੰਡੇ ਕਰ ਰਹੇ ਸੀ ਜੀ, ਗਰਮੀ ਬਹੁਤ। ਉਹ ਸਾਹਮਣੇ ਲੰਗਰ ਖਾਨਾ ਵਾ, ਆਹ ਨਾਲ ਲੋਹੇ ਦਾ ਬਣਿਆ ਜੀ ਇੱਕ ਡੱਬਾ, ਇਹਦੇ ਵਿੱਚ ਜੁੱਤੀਆਂ ਰੱਖੀਆਂ, ਲੋਕ ਇੱਥੇ ਜੁੱਤੀਆਂ ਜਮ੍ਹਾਂ ਕਰਦੇ ਆ, ਉਸ ਤੋਂ ਬਾਅਦ ਅੰਦਰ ਜਾਂਦੇ ਜੁੱਤੀਆਂ ਲਾ ਕੇ ਇਹਦੇ ਵਿੱਚ। ਪਾਣੀ ਪੀਣ ਲੱਗੇ ਜੀ ਹੁਣ ਠੰਡਾ, ਗਰਮੀ ਬਹੁਤ ਆ। ਬੰਦੇ ਇੱਕੋ ਪੁੱਛਿਆ ਜੀ, ਕਹਿੰਦਾ ਜੀ ਉਹ ਸਾਹਮਣੇ ਲੱਗਾ ਪਾਣੀ, ਪਾਣੀ ਬਹੁਤ ਠੰਡਾ ਅਤੇ ਬਹੁਤ ਮਜ਼ੇਦਾਰ ਆ ਜੀ। ਚਿੱਲਰ ਲੱਗੇ ਆ, ਠੰਡਾ ਪਾਣੀ 24 ਘੰਟੇ ਮਿਲਦਾ ਇੱਥੇ। ਪੰਜਾਬ ਸਿੰਘ ਸੰਗਤ, ਆਹ ਸਾਹਮਣੇ ਜੀ ਲੰਗਰਖਾਨਾ, ਇੱਥੇ ਲੋਕ ਲੰਗਰ ਕਰਦੇ ਆ ਕੇ। ਆਹ ਸਾਹਮਣੇ ਲੰਗਰਖਾਨਾ ਨਵਾਂ ਬਣ ਰਿਹਾ, ਇੱਕ ਆਹ ਪੀਲਾ ਜਿਹਾ ਬੈਨਰ ਜਿੱਥੇ ਲੱਗਾ। ਜਿਹੜੇ ਜੀ ਦੂਸਰੇ ਮੁਲਕ 'ਚੋਂ ਆਉਂਦੇ ਸਿੱਖ ਯਾਤਰੀ ਇੰਡੀਆ 'ਚੋਂ, ਕਨੇਡਾ 'ਚੋਂ, ਅਮੈਰੀਕਾ 'ਚੋਂ, ਉਹਨਾਂ ਵਾਸਤੇ ਇਹਦੇ ਵਿੱਚ ਅੰਦਰ ਵੀ ਬਹੁਤ ਜ਼ਿਆਦਾ ਕਮਰੇ ਆ, ਤਕਰੀਬਨ 500 ਕਮਰਾ, ਅਤੇ ਬਾਹਰ ਵੀ ਬਹੁਤ ਜ਼ਿਆਦਾ ਕਮਰੇ ਆ। ਫੇਰ ਵੀ ਅਗਰ ਪੂਰੇ ਨਾ ਆਉਣ ਤਾਂ ਫੇਰ ਇੱਥੇ ਜੀ ਕਹਿੰਦੇ ਤੰਬੂ ਲੱਗਦੇ ਆ, ਵੱਡੇ ਵੱਡੇ ਕਨਾਤਾਂ ਲਾ ਕੇ, ਅਤੇ ਉਹਦੇ ਵਿੱਚ ਹਰ ਬਿਸਤਰ ਮਿਲਦੇ ਆ ਤੁਹਾਨੂੰ, ਰਿਹਾਇਸ਼ ਦਾ ਪੂਰਾ ਇੰਤਜ਼ਾਮ ਗੌਰਮੈਂਟ ਦਿੰਦੀ ਆ। ਆ ਜੀ ਲੰਗਰਖਾਨਾ ਮਾਰਿਆ ਨਾ,
ਦੇਖੋ ਜੀ ਕਿੰਨਾ ਪਿਆਰਾ ਨਜ਼ਾਰਾ। ਇਹ ਸਾਰੇ ਕਮਰੇ ਹੀ ਆ, ਰਿਹਾਇਸ਼ਾਂ ਵਾਂ ਇਹਦੇ ਵਿੱਚ, ਜਦੋਂ ਸਿੱਖ ਯਾਤਰੀ ਆ ਕੇ ਇਹਦੇ ਵਿੱਚ ਰਹਿੰਦੇ ਆ। ਸਫਾਈ ਬਹੁਤ ਜ਼ਿਆਦਾ ਵਾ। ਇੰਤਜ਼ਾਮੀਆ ਦੇ ਕਮਰੇ ਆ ਜੀ ਸਾਰੇ। ਹੁਣ ਜੀ ਅਸੀਂ ਵਾਪਸ ਜਾ ਰਹੇ ਹਾਂ ਬਾਹਰ ਨੂੰ। ਹਲੇ ਤੁਹਾਨੂੰ ਅਸੀਂ ਅੱਧੀ ਜਗ੍ਹਾ ਦਿਖਾਈ ਹੈ ਜੀ, ਗਰਮੀ ਬਹੁਤ ਜ਼ਿਆਦਾ ਦੀ ਵਜ੍ਹਾ ਨਾਲ। ਨਹੀਂ ਤਾਂ ਤੁਹਾਨੂੰ ਸਾਰਾ ਨੈਕਸਟ ਟਾਈਮ ਜਦੋਂ ਵੀ ਆਵਾਂਗੇ ਉਦੋਂ ਸਾਰੇ ਤੁਹਾਨੂੰ ਵਿਜਿਟ ਕਰਾਵਾਂਗੇ। ਆਹ ਕੁਛ ਵਾਰਤਾਂ ਲਿਖੀਆਂ ਜੀ ਪੁਰਾਣੀਆਂ। ਦੇਖੋ ਜੀ ਕਿੰਨਾ ਪਿਆਰਾ ਨਜ਼ਾਰਾ ਪਿੱਛੋਂ ਨਜ਼ਰ ਆ ਰਿਹਾ। ਵੀਡੀਓ ਦੇਖ ਕੇ ਪਸੰਦ ਕਰਿਓ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਬੈੱਲ ਦੇ ਬਟਨ ਦੇ ਉੱਤੇ ਕਲਿੱਕ ਕਰ ਦਿਓ ਤਾਂ ਕਿ ਗਾਂਹ ਵੀ ਨਵੀਂ ਆਉਣ ਵਾਲੀ ਵੀਡੀਓ ਸਾਰਿਆਂ ਨੂੰ ਪਹਿਲੇ ਤੁਹਾਡੇ ਕੋਲ ਪਹੁੰਚ ਸਕੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਬਾਹਰ ਤਕਰੀਬਨ ਜਿਹੜੀਆਂ ਦੁਕਾਨਾਂ ਲਾਗੇ ਲਾਗੇ ਹੈਗੀਆਂ ਸਾਰੀਆਂ ਸਿੱਖ ਵੀਰਾਂ ਦੀਆਂ ਹੀ ਆ। ਜਿਹੜੇ ਇੱਥੇ ਦੇ ਰਿਹਾਇਸ਼ੀ ਆ, ਇੱਥੇ ਦੇ ਜੰਮ ਪਾਲਾ ਜਿਹਨਾਂ ਦੀ ਮੁਸਤਕਿਲ ਤੋਂ ਜੀ ਹੁਣ ਅਸੀਂ ਬਾਹਰ ਜਾ ਰਹੇ ਹਾਂ। ਆਪਣਾ ਜਾ ਕੇ ਸ਼ਨਾਖਤੀ ਕਾਰਡ ਵਾਪਸ ਲਵਾਂਗੇ, ਜਿਹੜਾ ਗੇਟ 'ਤੇ ਜਮ੍ਹਾਂ ਕਰਾਇਆ ਸੀ ਉਹ ਲੈਣਾ ਨਾ ਭੁੱਲਿਓ। ਹੁਣ ਕੋਈ ਬਾਹਰੋਂ ਜਾ ਕੇ ਕੋਈ ਪਾਣੀ ਛਾਣੀ ਪੀਂਦੇ ਹਾਂ ਜੀ। ਬਹੁਤ ਗਰਮੀ ਦੇ ਨਾਲ ਮੱਤ ਵੱਜ ਗਈ ਸਾਡੀ। ਆ ਜੀ ਸਿੱਖ ਵੀਰ ਦੀ ਦੁਕਾਨ ਤੋਂ ਹੁਣ ਅਸੀਂ ਬੋਤਲਾਂ ਪੀਣ ਲੱਗੇ ਹਾਂ ਜੀ ਸਟਿੰਗ ਦੀਆਂ। ਆ ਸਿੱਖ ਵੀਰ ਸਾਹਿਬ ਸਾਨੂੰ ਖੋਲ੍ਹ ਕੇ ਦੇ ਰਹੇ ਆ। ਲਾਗੇ ਲਾਗੇ ਦੁਕਾਨਾਂ ਸਾਰੀਆਂ ਸਿੱਖ ਭਰਾਵਾਂ ਦੀਆਂ ਜੀ। ਜੀ ਆਹ ਦੇ ਦਿੱਤੇ ਜੀ ਪੈਸੇ ਅਤੇ ਹੁਣ ਜਾ ਰਹੇ ਹਾਂ ਅਸੀਂ ਵਾਪਸ। ਰਸਤੇ ਦੇ ਵਿੱਚ ਇੱਕ ਨਹਿਰ ਆਈ ਸੀ, ਉਹਦੀ ਤੁਹਾਨੂੰ ਫੋਟੋ ਦਿਖਾਉਂਦੇ ਹਾਂ। ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬੈੱਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਕਿ ਨਵੀਂ ਵੀਡੀਓ ਆਉਣ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚੇ।